ਸੱਚੀ ਗੱਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਪ੍ਰੈਗਨੈਂਟ ਹੋ ਤੁਸੀਂ ਇਟਲੀ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿ ਰਹੇ ਹੋ ਤਾਂ ਆਨਲਾਈਨ ਸਰਕਾਰ ਦੇ ਵੱਲੋਂ ਇੱਕ ਕੋਰਸ ਤਿਆਰ ਕੀਤਾ ਗਿਆ ਜਿਸ ਨੂੰ ਤੁਸੀਂ ਫ੍ਰੀ ਦੇ ਵਿੱਚ ਆਨਲਾਈਨ ਸਟੱਡੀ ਕਰ ਸਕਦੇ ਜਿਸ ਨੂੰ ਪੰਜਾਬੀ ਦੇ ਵਿੱਚ ਪੂਰਾ ਟਰਾਂਸਲੇਸ਼ਨ ਕੀਤਾ ਗਿਆ ਪਹਿਲੇ ਕਮੈਂਟ ਦੇ ਵਿੱਚ ਕਲਿੱਕ ਕਰੋਗੇ ਤਾਂ ਤੁਹਾਨੂੰ ਲਿੰਕ ਮਿਲ ਜਾਣਾ ਜਿੱਥੇ ਜਾ ਕੇ ਤੁਸੀਂ ਰਜਿਸਟਰ ਕਰ ਸਕਦੇ ਆ ਗੱਲ ਕਰਦੇ ਜੀ ਇਟਲੀ ਦੇ ਵਿੱਚ ਕੱਚੇ ਬੰਦਿਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਹੈ ਸਰਕਾਰ ਕੱਚੇ ਬੰਦਿਆਂ ਦੇ ਬਾਰੇ ਕੁਝ ਵੀ ਦੱਸਣ ਦੇ ਬਾਰੇ ਜਾਂ ਉਹਨਾਂ ਦੇ ਬਾਰੇ ਸੋਚਣ ਬਾਰੇ ਵੀ ਫਿਲਹਾਲ ਕੋਈ ਗੱਲ ਕੱਢ ਨਹੀਂ ਰਹੀ ਹੋ ਸਕਦੀ ਹੈ ਕਿ ਹੋਏ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਪਡੇਟ ਆਵੇ ਪਰ ਫਿਲਹਾਲ ਹੁਣ ਤੱਕ ਜਦੋਂ ਅਸੀਂ ਇਹ ਰਿਕਾਰਡਿੰਗ ਕਰ ਰਹੇ ਹਾਂ ਸਾਡੇ ਕੋਲ ਕੋਈ ਅਪਡੇਟ ਨਹੀਂ 1600 ਬੰਦਿਆਂ ਦੀ ਐਸ ਟਾਈਮ ਜਿਹੜੀ ਪੋਸਟ ਖਤਰੇ ਦੇ ਵਿੱਚ ਆ 1600 ਬੰਦੇ ਜਿਹੜੇ ਬੇਰੁਜ਼ਗਾਰ ਹੋ ਸਕਦੇ ਨੇ ਐਸ ਟਾਈਮ ਸਟ੍ਰਾਈਕਾਂ ਚੱਲ ਰਹੀਆਂ ਨੇ ਸਟ੍ਰਾਈਕਾਂ ਹੋ ਸਕਦੀਆਂ ਨੇ ਚੱਕਾ ਜਾਮ ਹੋ ਸਕਦਾ ਕਿੱਥੇ ਜੀ ਅਸੀਂ ਗੱਲ ਕਰ ਰਹੇ ਹਾਂ ਜੀ ਬਾਰੀ ਦੀ ਬਾਰੀ ਦੇ ਵਿੱਚ ਇੱਕ ਫੈਕਟਰੀ ਆ ਬੌਸ ਵਾਲਿਆਂ ਦੀ ਬੌਸ ਵਾਲਿਆਂ ਦੀ ਜਿਹੜੀ ਫੈਕਟਰੀ ਆ ਉੱਥੇ 1600 ਬੰਦਿਆਂ ਨੂੰ ਕੱਢਿਆ ਜਾ ਸਕਦਾ ਕੰਮ ਤੋਂ ਉਹ ਕਾਰਨ ਕੀ ਹੈ ਜੀ ਕਿਉਂਕਿ ਇਸ ਟਾਈਮ ਗੱਲਬਾਤ ਚੱਲ ਰਹੀ ਹੈ ਕਿ ਬਾਰੀ ਦੇ ਵਿੱਚ ਬੌਸ ਦੀ ਕੰਪਨੀ ਜਿਹੜੀ ਆ ਬੰਦ ਹੋ ਸਕਦੀ ਆ ਤੇ ਜੇਕਰ ਇਹ ਬੰਦ ਹੋ ਜਾਂਦੀ ਹੈ ਜੀ 1600 ਬੰਦਾ ਬੇਰੋਜ਼ਗਾਰ ਹੋ ਜਾਏਗਾ ਜੋ ਸਰਕਾਰ ਨੇ ਫਿਰ ਉਸ ਨੂੰ ਪੈਸੇ ਵੀ ਦੇਣਗੇ ਉਸ ਵਾਰ ਗੱਲ ਕਰਦੇ ਜੀ ਅਗਲੇ ਅਪਡੇਟ ਦੀ ਬਰੇਸ਼ਿਆ ਦੇ ਇਲਾਕੇ ਦੇ ਵਿੱਚ ਇੱਕ ਬਜ਼ੁਰਗ ਔਰਤ ਦੇ ਨਾਲ ਕੀਤਾ ਧੋਖਾ ਧੜੀ ਕੀਤੀ ਜਿਸ ਦੇ ਨਾਲ ਉਸ ਦੇ ਕੋਲ ਜਿਹੜੇ ਪੈਸੇ ਸਨ ਜੋ ਉਹਦੇ ਕੋਲ ਗਹਿਣਾ ਗਿੱਟਾ ਸੀ ਸਭ ਲੈ ਕੇ ਚਲੇ ਗਏ ਟੋਟਲ 60000 ਰੋਡਾ ਜਿਹੜਾ ਧੋਖਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਔਰਤ 80 ਸਾਲ ਦੀ ਔਰਤਾ ਬਿਲੋਂਗੋ ਸ਼ਹਿਰ ਜੋ ਪ੍ਰੋਵਿੰਸਾ ਦੀ ਬੈਰਗਮੋਦ ਵਿੱਚ ਪੈਂਦਾ 45 ਸਾਲ ਦਾ ਬੰਦਾ ਦੇ ਇੱਕ 22 ਸਾਲ ਦਾ ਮੁੰਡਾ ਇਹਨਾਂ ਨੇ ਇਸ ਦੇ ਨਾਲ ਜਿਹੜਾ ਧੋਖਾ ਕੀਤਾ ਬਰੇਸ਼ੀਆ ਦੀ ਪੁਲਿਸ ਨੇ ਇਹਨਾਂ ਨੂੰ ਫੜਿਆ ਸਭ ਤੋਂ ਪਹਿਲਾਂ ਇਹਨਾਂ ਦਾ ਕੰਮ ਕੀ ਸੀ ਟੈਲੀਫੋਨ ਕੀਤਾ ਕਿ ਤੇਰੀ ਕੁੜੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਬਹੁਤ ਹੀ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਜਿਹੜੇ ਬੰਦੇ ਦਾ ਉਸਨੇ ਐਕਸੀਡੈਂਟ ਕੀਤਾ ਤੇ ਉਸ ਦੀ ਮੌਤ ਵੀ ਹੋ ਸਕਦੀ ਹੈ ਜੇਕਰ ਪੁਲਸ ਪਹੁੰਚ ਗਈ ਤਾਂ ਉਸ ਜਗ੍ਹਾ ਤੇ ਤੁਹਾਡੀ ਜਿਹੜੀ ਕੁੜੀ ਆ ਉਸ ਨੂੰ ਜੇਲ੍ਹ ਹੋ ਸਕਦੀ ਹੈ ਜੇਕਰ ਆਪਣੀ ਕੁੜੀ ਨੂੰ ਪਛਾਣਨਾ ਚਾਹੁੰਦੇ ਆਪਾਂ ਸੈਟਿੰਗ ਕਰ ਲੈਂਦੇ ਆ 26 ਮਾਰਚ ਦੀ ਇਹ ਗੱਲਬਾਤ ਹੋਈ ਹੈ ਜੀ ਉਸ ਤੋਂ ਬਾਅਦ ਬੰਦੇ ਦੋ ਘਰ ਪਹੁੰਚਦੇ ਨੇ ਕਹਿੰਦੇ ਵੀ ਜੇ ਤੇਰੇ ਕੋਲ ਪੈਸੇ ਹੈਗੇ ਸਾਨੂੰ ਦੇ ਦੇ ਸੀ ਕੰਮ ਇੱਥੇ ਹੀ ਗੱਲ ਨੂੰ ਰਫਾ ਦਫਾ ਕਰਦੇ ਆ ਪਰ ਡਰੀ ਹੋਈ ਔਰਤ ਨੇ ਵੀ ਮੇਰੀ ਕੁੜੀ ਮੇਰੀ ਜਵਾਨ ਧੀ ਕਿਤੇ ਜੇਲ੍ਹ ਦੇ ਵਿੱਚ ਨਾ ਚਲ ਜਾਏ ਤਾਂ ਉਸਨੇ ਆਪਣੇ ਜਿਹੜੇ ਪੈਸੇ ਜੋ ਸਗਾ ਦੇ ਕੋਲ ਸਾਡਾ ਦੇ ਦਿੱਤਾ ਬਾਅਦ ਵਿੱਚ ਅਚਾਨਕ ਹੀ ਕੁੜੀ ਆਂਦੀ ਹੈ ਤਾਂ ਸਾਰੀ ਗੱਲ ਦਾ ਪਤਾ ਲੱਗਦਾ ਕਿ ਧੋਖਾ ਹੁੰਦਾ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਤੇ ਇਹਨਾਂ ਚੋਰਾਂ ਨੂੰ ਜਿਹੜਾ ਛੇਤੀ ਹੀ ਫੜਿਆ ਜਾਂਦਾ ਛੇਤੀ ਹੀ ਜਿਹੜੇ ਚੋਰ ਫੜੇ ਜਾਂਦੇ ਨੇ ਗੱਲ ਕਰਦੇ ਹਾਂ ਜੀ ਸਟ੍ਰਾਈਕ ਦੀ ਇਟਲੀ ਦੇ ਵਿੱਚ ਹੋਣ ਜਾ ਰਹੀ ਹੈ ਸਟ੍ਰਾਈਕ ਇਹ ਹੈ ਜੀ ਜਿਹੜੀ ਸਟ੍ਰਾਈਕ ਹੋਵੇਗੀ ਇਟਲੀ ਦੇ ਵਿੱਚ ਜਿਹੜੀ ਬਹੁਤ ਸਾਰੇ ਮੋਲ ਨੇ ਬਹੁਤ ਸਾਰੇ ਚੈੰਤਰੀ ਕੁਮਰ ਚਾਲੀਏ ਜੀ ਉਹਨਾਂ ਦੇ ਵਿੱਚ ਬੰਦਿਆਂ ਨੂੰ ਕੰਮ ਤੋਂ ਕੱਢਿਆ ਜਾ ਸਕਦਾ ਕੰਮ ਨੂੰ ਕਟਾਇਆ ਜਾ ਸਕਦਾ ਜਿਸ ਦੇ ਕਾਰਨ ਸਾਰਿਆਂ ਨੇ ਰਲ ਕੇ ਸਟ੍ਰਾਈਕ ਕਰਨ ਦੀ ਜਿਹੜੀ ਗੱਲਬਾਤ ਕੀਤੀ ਆਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਟ੍ਰਾਈਕ ਜਿਹੜੀ ਕੀਤੀ ਜਾ ਸਕਦੀ ਹੈ ਜੀ ਬਹੁਤ ਸਾਰੀਆਂ ਦੁਕਾਨਾਂ ਹੋ ਸਕਦਾ ਹੈ ਕਿ ਤੁਹਾਨੂੰ ਬੰਦ ਮਿਲਣ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਪਣਾ ਜੋ ਅਗਲਾ ਅਪਡੇਟ ਆ ਰਿਹਾ ਇੱਕ ਵੈਕਸੀਨ ਤਿਆਰ ਕੀਤੀ ਗਈ ਹੈ ਇਹ ਲੋਕ ਗੁੱਡ ਨਿਊਜ਼ ਵੀ ਕਹਿ ਸਕਦੇ ਤੇ ਇੱਕ ਬੈਡ ਨਿਊਜ਼ ਵੀ ਕਹਿ ਜਾ ਸਕਦਾ ਗੁੱਡ ਨਿਊਜ਼ ਇਹ ਜਿਹੜਾ ਬੰਦਾ ਕੋਕੀਨ ਖਾਣ ਤੇ ਆਦੀ ਹੋ ਜਾਂਦਾ ਜਿਹੜਾ ਉਹ ਨਸ਼ੇ ਨੂੰ ਛੱਡ ਨਹੀਂ ਛੱਡ ਨਹੀਂ ਸਕਦਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਵੀ ਉਹਦਾ ਕੁਛ ਨਹੀਂ ਬਣ ਸਕਦਾ ਇੱਕ ਵੈਕਸੀਨ ਤਿਆਰ ਹੋ ਰਹੀ ਹੈ ਅਮਰੀਕਨ ਅਤੇ ਬਰਾਜ਼ੀਲ ਦੀਆਂ ਜਿਹੜੀਆਂ ਕੰਪਨੀਆਂ ਨੇ ਇਹਨਾਂ ਨੇ ਇਸ ਵੈਕਸੀਨ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਕਾਫੀ ਸਮੇਂ ਤੋਂ ਪਰ ਬਰਾਜ਼ੀਲ ਵਾਲੇ ਇਸ ਸੈਕਟਰ ਦੇ ਵਿੱਚ ਜਿਹੜਾ ਮੋੜੇ ਚੱਲ ਰਿਹਾ 2021 ਦੀ ਜੇ ਅਸੀਂ ਗੱਲ ਕਰੀਏ ਤਾਂ 22 ਮਿਲੀਅਨ ਬੰਦਿਆਂ ਨੇ ਜਿਹੜਾ ਇਸ ਨਸ਼ੇ ਨੂੰ ਨਸ਼ੇ ਦਾ ਜਿਹੜਾ ਸੇਵਨ ਕੀਤਾ ਜੇਹੀ ਯੂਰਪ ਦੀ ਗੱਲ ਕਰਦੇ ਹਾਂ ਦੱਸਿਆ ਜਾ ਰਿਹਾ ਕਿ ਭੰਗ ਤੋਂ ਬਾਅਦ ਸਭ ਤੋਂ ਵੱਧ ਵਰਤੋਂ ਕਰਨ ਵਾਲਾ ਨਸ਼ਾ ਜੋ ਹੈ ਉਹ ਹੈ ਜੀ ਕੋਕਿੰਦਾ ਹਤੇ ਉਸ ਤੋਂ ਬਾਅਦ ਜੇ ਇਟਲੀ ਦੀ ਗੱਲ ਕਰਦੇ ਇਟਲੀ ਦੇ ਜਿਸ ਤਰ੍ਹਾਂ ਦੇ ਮਿਲਾਨੋ ਮੋਲਸਾਨੋ ਦੇ ਜੇ ਗੱਲ ਕੀਤੀ ਜਾਵੇ ਤਾਂ ਉਸ ਇਲਾਕੇ ਦੇ ਵਿੱਚ ਵੀ ਸਭ ਤੋਂ ਵੱਧ ਇਹ ਜਿਹੜਾ ਚਿੱਟਾ ਖਾਣ ਨੂੰ ਮਿਲ ਰਿਹਾ ਜੀ ਲੋਕ ਨਸ਼ੇ ਦਾ ਸ਼ਿਕਾਰ ਬਣਦੇ ਜਾ ਰਹੇ ਨੇ ਇਸ ਗੱਲ ਦੀ ਪੁਖਤੀ ਇਸ ਤੋਂ ਵੀ ਹੋ ਇਟਲੀ ਦੇ ਵਿਧੀਆਂ ਜਿਹੜੀਆਂ ਸੀਵਰੇਜ ਲਾਈਨਾਂ ਦੇ ਜਦੋਂ ਕੁਝ ਸੈਂਪਲ ਲਏ ਗਏ ਤੇ ਉਹਨਾਂ ਨੂੰ ਪਤਾ ਲੱਗਾ ਕਿ ਲੋਕ ਜਿਹੜਾ ਕਿੰਨਾ ਭੰਗ ਅਤੇ ਕਿੰਨਾ ਜਿਹੜਾ ਕੁਕੀਨਦਾਰ ਨਸ਼ਾ ਕਰਦੇ ਨੇ ਹੁਣ ਅਸੀਂ ਗੱਲ ਕਰਦੇ ਕਿ ਜੋ ਵੈਕਸੀਨ ਅਸਲ ਦੇ ਵਿੱਚ ਕਰਦੇ ਕੀ ਇਹ ਵੈਕਸੀਨ ਦਾ ਮੇਨ ਕੰਮ ਇਹਦਾ ਮੇਨ ਮਕਸਦ ਇਹ ਹੈ ਜੇਕਰ ਬੰਦਾ ਕੋਈ ਇਹ ਟੀਕਾ ਲਵਾ ਲੈਂਦਾ ਜਾਂ ਗੋਲੀ ਇਹ ਖਾ ਲੈਂਦਾ ਉਸ ਤੋਂ ਬਾਅਦ ਜਦੋਂ ਉਸਨੇ ਉਹ ਨਸ਼ਾ ਕਰਨਾ ਤਾਂ ਉਸ ਨੂੰ ਕੋਈ ਅਸਰ ਨਹੀਂ ਹੁੰਦਾ ਡਾਕਟਰਾਂ ਦਾ ਐਕਸਪਰਟ ਦਾ ਕਹਿਣਾ ਹੈ ਕਿ ਜਿਸ ਟਾਈਮ ਬੰਦੇ ਨੇ ਹਰ ਰੋਜ਼ ਉਹੀ ਨਸ਼ਾ ਕਰਨਾ ਤਾਂ ਉਹਨੂੰ ਕੋਈ ਅਸਰ ਹੀ ਨਹੀਂ ਹੋਣਾ ਤੇ ਛੱਡ ਦੇਣਾ ਉਹਨੇ ਆਪ ਹੀ ਉਨੇ ਆਪ ਹੀ ਗਣਾ ਵੀ ਛੱਡੋ ਬਰੇ ਖਾਦੀ ਨਾ ਖਾਦੀ ਜਦ ਤੱਕ ਇੱਕ ਹੀ ਬਰਾਬਰ ਆ ਪਰ ਇਹਦੇ ਨਾਲ ਇੱਕ ਬੈਡ ਨਿਊਜ਼ ਇਹ ਹੈ ਕਿ ਇਹ ਹੋ ਸਕਦਾ ਕਿ ਲੋਕ ਜਿਹੜੇ ਓਵਰਡੋਜ਼ ਕਰ ਲਾਂਗੇ ਨਸ਼ਾ ਭਾਵੇਂ ਸਰੀਰ ਨੂੰ ਨਾ ਹੋਵੇ ਪਰ ਸਰੀਰ ਨੂੰ ਨੁਕਸਾਨ ਜਿਹੜਾ ਜ਼ਰੂਰ ਕਰ ਸਕਦਾ ਇਸ ਟਾਈਮ ਓਵਰਡੋਜ਼ ਹੋ ਜਾਣਾ ਫੇਫੜੇ ਕਿਡਨੀ ਦਿਲ ਸਾਰੇ ਪਾਸੇ ਜਿਹੜਾ ਜੋਰ ਲੱਗਣਾ ਸਰੀਰ ਦੇ ਕੱਲੇ ਕੱਲੇ ਅੰਗ ਪੈਰ ਦਾ ਤੇ ਇਸ ਕਰਕੇ ਇਹਦੇ ਨਾਲ ওভারਡੋਸ ਦੇ ਨਾਲ ਪ੍ਰੋਬਲਮ ਜਰੂਰ ਪੈ ਸਕਦੀ ਹੈ ਪਰ ਇਹ ਗੱਲ ਜ਼ਰੂਰ ਹੈ ਜੀ ਕਿ ਇਹ ਜਿਹੜੀ ਵੈਕਸੀਨ ਬਹੁਤ ਹੀ ਛੇਤੀ ਪੂਰੀ ਦੁਨੀਆ ਦੇ ਵਿੱਚ ਬਹੁਤ ਵਾਇਰਲ ਹੋ ਜਾਣੀ ਹੈ ਕੁਝ ਇਸ ਹਿਸਾਬ ਦੇ ਨਾਲ ਇਹ ਕਮ ਕਮ ਬਾਤਾਂ ਦੀ ਗੱਲਬਾਤ ਕਰ ਰਿਹਾ ਉਸ ਤੋਂ ਬਾਅਦ 4 ਦਿਨ ਦੇ ਲਈ ਬੈਂਕਾਂ ਬੰਦ ਰਹਿਣੀਆਂ ਜੀ ਬੈਂਕਾਂ ਦੇ ਵਿੱਚ ਜੇਕਰ ਤੁਸੀਂ ਵੀਰਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਆਪਰੇਸ਼ਨ ਕੀਤਾ ਹੋਇਆ ਆਪਰੇਸ਼ਨ ਦਾ ਕਹਿਣ ਦਾ ਭਾਵ ਜੇਕਰ ਤੁਸੀਂ ਵੀਰਵਾਰ ਨੂੰ ਕੋਈ ਬੁਨੀਫੀਕੋ ਕੀਤੀ ਹੈ ਉਹ ਤੁਹਾਡੀ ਜਿਹੜੀ ਬੁਨੀਫੀਕੋ ਆ ਮੰਗਲਵਾਰ ਤੋਂ ਪਹਿਲਾਂ ਤੁਹਾਨੂੰ ਨਹੀਂ ਮਿਲਣੀ 4 ਦਿਨ ਦੇ ਲਈ ਇਹ ਬੈਂਕਾਂ ਜਿਹੜੀਆਂ ਸਾਰਾ ਆਨਲਾਈਨ ਟ੍ਰਾਂਸਫਰ ਇਟਲੀ ਦੇ ਵਿੱਚ ਯੂਰਪ ਦੇ ਵਿੱਚ ਬੰਦ ਹੋਇਆ ਕਾਰਨ ਦੱਸਿਆ ਜਾ ਰਿਹਾ ਜੀ ਇਸ ਨੂੰ ਕਿਹਾ ਜਾਂਦਾ ਜੀ ਕਿਉ ਜ਼ੂਰਾ ਇੰਤਰਬੰਕਕਾਰੀ ਅਗਲੇ ਸਾਲ ਨੂੰ 2024 ਦੇ ਵਿੱਚ ਤਾਂ ਚਲੋ ਹੁਣੇ ਹੋਇਆ ਤੁਹਾਨੂੰ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਪੈ ਸਕਦੀਆਂ ਦੱਸਿਆ ਜਾ ਰਿਹਾ 31 ਮਾਰਚ ਰਾਤ ਦੇ ਨੂੰ 3 ਵਜੇ ਤੋਂ 31 ਮਾਰਚ ਸਵੇਰ ਦੇ ਜਿਹੜੇ 3 ਵਜਣੇ ਆ 30 ਸ਼ਨੀਵਾਰ ਸਵੇਰੇ ਐਤਵਾਰ ਸਵੇਰੇ 3 ਵਜੇ ਅਸੀਂ ਇਦਾਂ ਰੱਖ ਸਕਦੇ ਹਾਂ ਇਹ ਜਿਹੜੀਆਂ ਤੁਹਾਨੂੰ ਪ੍ਰੋਬਲਮਾਂ ਦੇਖਣ ਨੂੰ ਮਿਲ ਸਕਦੀਆਂ ਮੰਗਲਵਾਰ ਨੂੰ ਜਿਹੜੇ ਤੁਹਾਡੇ ਪੈਸੇ ਜਿਹੜੇ ਭੇਜੇ ਹੋਏ ਉਹ ਮਿਲਣਗੇ ਜਿਹੜਾ ਤੁਸੀਂ ਪੈਸਾ ਵੀਰਵਾਨ ਨੂੰ ਭੇਜਿਆ ਮੰਗਲਵਾਰ ਤੋਂ ਪਹਿਲਾਂ ਨਹੀਂ ਮਿਲਣੀ ਹਾਂ ਜੇਕਰ ਤੁਸੀਂ ਇਨਸਟੈਂਟ ਬਨੀਫੀਕੋ ਕਰਦੇ ਹੋ ਜਿਹੜੀ 1 ਮਿੰਟ ਦੇ ਵਿੱਚ ਸ਼ੋ ਹੋ ਜਾਂਦੀ ਹੈ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਪੈਣੀ 2025 ਦੇ ਵਿੱਚ 20 ਅਪ੍ਰੈਲ ਨੂੰ ਇਹ ਜਿਹੜੀ ਪ੍ਰੋਬਲਮ ਪੈਣੀ ਆ ਇਹ ਜਿਹੜੀਆਂ ਹੋਰ ਤਰੀਕਾਂ ਨੇ 1 ਜਨਵਰੀ 1 ਅਪ੍ਰੈਲ 1 ਮਈ ਤੇ 25 ਦਸੰਬਰ 26 ਦਸੰਬਰ ਇਹਨਾਂ ਦਿਨਾਂ ਨੂੰ ਜਿਹੜੀਆਂ ਇਹ ਤਰੀਕਾਂ ਦੇ ਵਿੱਚ 2025 ਚ ਪ੍ਰੋਬਲਮ ਪੈਣੀ ਆ ਜੋ 20 24 ਦੇ ਵਿੱਚ ਵੀ ਇਹ ਪੈਊਗੀ ਜੇਕਰ ਤੁਹਾਨੂੰ ਕਿਸੇ ਨੇ ਬਨੀਫਿਕੋ ਕੀਤੀ ਹੈ ਤੁਹਾਨੂੰ ਹੁਣ ਤੱਕ ਨਹੀਂ ਆਈ ਤਾਂ ਇਸ ਦਾ ਕਾਰਨ ਇਹ ਹੈ ਕਿ ਜਿਹੜਾ ਕਿ ਉਜ਼ੂਰਾ ਇੰਤਰ ਬੰਕਾਰੀਆ ਇਸ ਦਾ ਕਾਰਨ ਹੈ ਉਸ ਤੋਂ ਬਾਅਦ ਅਗਲੇ ਅਪਡੇਟ ਵਾਲ ਚੰਦਾਂ ਦੱਸਿਆ ਜਾ ਰਿਹਾ ਕਿ 2225 ਦੇ ਵਿੱਚ 2000 2225 ਦੇ ਵਿੱਚ ਲਾਸਟ ਇਟਾਲੀਅਨ ਬੱਚੇ ਦਾ ਜਨਮ ਹੋਵੇਗਾ ਉਸ ਤੋਂ ਬਾਅਦ ਕੋਈ ਇਟਾਲੀਅਨ ਬੱਚੇ ਦਾ ਜਨਮ ਨਹੀਂ ਹੋਵੇਗਾ ਇਹ ਕਾਰਨ ਇਸ ਕਰਕੇ ਆ ਐਕਸਪਰਟ ਦਾ ਕਹਿਣਾ ਜੀ ਜੋ ਇਸ ਟਾਈਮ ਡਾਟਾ ਚੱਲ ਰਿਹਾ ਜੀ ਪਹਿਲਾਂ 10000 ਪਿੱਛੇ 67 ਬੱਚਿਆਂ ਦਾ ਜਨਮ ਹੁੰਦਾ ਸੀ 10000 ਬੰਦਿਆਂ ਵਿੱਚ ਜੇ ਅਸੀਂ ਗੱਲ 2023 ਦੀ ਕਰੀਏ ਤਾਂ ਦੱਸਿਆ ਜਾ ਰਿਹਾ ਕਿ 10000 ਬੰਦਿਆਂ ਪਿੱਛੇ ਸਿਰਫ 64 ਬੰਦਿਆਂ ਦਾ ਬੱਚਿਆਂ ਦਾ ਸੌਰੀ ਜਿਹੜਾ ਜਨਮ ਹੋ ਰਿਹਾ ਜੇ ਇਸੇ ਹੀ ਤਰ੍ਹਾਂ ਚੱਲਦਾ ਰਿਹਾ ਤਾਂ ਬਹੁਤ ਹੀ ਜਿਹੜੀ ਪ੍ਰੋਬਲਮ ਵਾਲੀ ਗੱਲਬਾਤ ਚੱਲਦੀ ਹੈ 2008 ਤੋਂ ਬਾਅਦ ਲਗਾਤਾਰ ਇਹ ਬੱਚਿਆਂ ਦੀ ਜਿਹੜੀ ਗਤੀ تھی ਵਰਤਾਂ ਦੇ ਨਾਲ ਘਟਦੀ ਜਾ ਰਹੀ ਹੈ ਤੁਸੀਂ ਨੋਟ ਕੀਤਾ ਹੋਣਾ ਸਰਕਾਰ ਬਹੁਤ ਸਾਰੇ ਬੋਨਸ ਦੇ ਰਹੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਹੁੰਦਾ ਬੇਬ ਮਾਦ ਲਈ ਬੋਨਸ ਬੱਚਿਆਂ ਦੇ ਲਈ ਬੋਨਸ ਤਾਂ ਜੋ ਕੁ ਖਰਚੇ ਦੇ ਬੱਖੋਂ ਖਰਚੇ ਦੇ ਬੱਖੋਂ ਸੋਚ ਕੇ ਬੱਚੇ ਪੈਦਾ ਕਰਨੇ ਬੰਦ ਨਾ ਕਰਦੇ ਜਾਨ ਤੇ ਦੱਸਿਆ ਜਾ ਰਿਹਾ ਕਿ ਜਿਹੜੇ ਇਟਲੀ ਦੇ ਵਿੱਚ ਗੈਰ ਮੁਲਕੀ ਰਹਿ ਰਹੇ ਨੇ ਜੋ ਇਸ ਤਰ੍ਹਾਂ ਯੇਰੀ ਰਹਿ ਰਹੇ ਨੇ ਉਹਨਾਂ ਦੇ ਬੱਚੇ ਕਾਫੀ ਹੋ ਰਹੇ ਨੇ ਪਰ ਹੁਣ ਜਿਹੜੇ ਬੱਚੇ ਲਗਾਤਾਰ ਜਿਹੜੇ ਘਟਦੇ ਜਾ ਰਹੇ ਜੇ ਅਸੀਂ ਗੱਲ ਕਰਦੇ ਹਾਂ 1995 ਦੀ ਜੇ ਗੱਲ ਕਰ ਗੱਲ ਕਰੀਏ ਤਾਂ 1995 ਦੇ ਵਿੱਚ ਸਭ ਤੋਂ ਘੱਟ ਬੱਚੇ ਪੈਦਾ ਹੋਏ ਸਨ ਤੇ ਇਹ ਜਿਹੜਾ ਇਸ ਟਾਈਮ ਇਟਲੀ ਚ ਬਹੁਤ ਹੀ ਚਿੰਤਾਜਨਕ ਵਿਸ਼ਾ ਬਣਦਾ ਜਾ ਰਿਹਾ ਜੀ ਸਰਕਾਰ ਇਸ ਦੇ ਲਈ ਕੋਸ਼ਿਸ਼ ਨਾ ਕੋਸ਼ਿਸ਼ ਜ਼ਰੂਰ ਕਰੂਗੀ ਬਰੇਸ਼ਿਆ ਦੇ ਵਿੱਚ ਵੀ ਇੱਕ ਡੇਂਗੂ ਦਾ ਕੇਸ ਸਾਹਮਣੇ ਆਇਆ ਸੀ ਕਿ ਸ਼ਾਇਦ ਉਹ ਡੇਂਗੂ ਦਾ ਕੇਸ ਹੋਵੇ ਤਾਂ ਉਸ ਕੇਸ ਤੋਂ ਬਾਅਦ ਜਿਹੜਾ ਬਰੇਸ਼ਿਆ ਦਾ ਸਰਪੰਚ ਨੇ ਸਾਰੇ ਏਰੀਆ ਦੇ ਵਿੱਚ ਸੜਕਾ ਜਿਹੜਾ ਡੇਂਗੂ ਦਾ ਕਰਨਾ ਸ਼ੁਰੂ ਕਰ ਦਿੱਤਾ ਹੈ ਉਸ ਤੋਂ ਬਾਅਦ ਗੱਲ ਕਰਦੇ ਚੇਤੇ ਨਾ ਭੁੱਲਿਓ ਜੀ ਹੁਣ 1 ਘੰਟਾ ਆਪਾਂ ਨੂੰ ਘੱਟ ਸੌਣ ਨੂੰ ਮਿਲਿਆ ਕਰਨਾ ਕਿਉਂਕਿ ਜਦੋਂ 2 ਵਜੇ ਆ ਉਸ ਤੋਂ ਘੜੀ ਆਪਾਂ 3 ਤੇ ਕਰ ਲੈਣੀ ਹੈ ਤੇ ਇਹਦੇ ਨਾਲ ਕਾਰਨ ਕੀ ਹੋਣਾ ਜੀ ਇਹਦੇ ਨਾਲ ਕਾਰਨ ਇਹ ਹੋਣਾ ਜੀ ਦਿਨ ਹੁਣ ਵੱਡੇ ਆਨੇ ਸ਼ੁਰੂ ਹੋ ਗਏ ਆ ਲਾਈਟ ਜ਼ਿਆਦਾ ਹੋਣੀ ਇਹ ਤਾਂ ਬਹੁਤ ਫਾਇਦਾ ਹੁੰਦਾ ਜੇ ਤੁਹਾਨੂੰ ਕਿਸੇ ਹੋਰ ਅਪਡੇਟ ਦੇ ਵਿੱਚ ਜ਼ਰੂਰ ਦੱਸਾਂਗੇ ਮਿਲਦੇ ਆ ਜੀ ਅਗਲੇ ਅਪਡੇਟ ਦੇ ਵਿੱਚ ਹੁਣਾਂ ਟਾਈਮ ਆਪਣ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਇਟਾਲੀਨ ਖਬਰਾਂ ਤੋਂ ਹਿਕਲ ਵੀਰ ਸਿੰਘ ਨਾਲ ਜੀ